ਨਮਸਕਾਰ, ਤੁਸੀਂ ਦੇਖ ਰਹੇ ਹੋ ਪਬਲਿਕ ਸਪੋਰਟ ਨਿਊਜ਼ ਫੋਕਸ। ਮੈਂ ਪਰਮ ਭਾਦਵਾਜ। ਕੋਰੋਨਾ ਵਾਇਰਸ ਨੂੰ ਭਵਿੱਖ ਵਿੱਚ ਵੀ ਜੜ੍ਹ ਤੋਂ ਖਤਮ ਕਰਨ ਦੇ ਲਈ ਨਗਰ ਕੌਂਸਲ ਦਸੂਹਾ ਦੇ ਕਾਰਜ ਸਾਧਕ ਅਫਸਰ ਮਦਨ ਸਿੰਘ ਦੀ ਦੂਰਦਰਸ਼ੀ ਸੋਚ ਨਾਲ ਮਾਤਾ ਰਾਣੀ ਚੌਂਕ ਅਤੇ ਦਸੂਹਾ ਦੇ ਲਗਭਗ ਸਾਰੇ ਮੁੱਖ ਚੌਂਕਾਂ 'ਤੇ ਟੂਟੀ ਲੱਗੇ ਪਾਣੀ ਦੀਆਂ ਟਾਂਗੀਆਂ ਅਤੇ ਕੀਟਾਣੂ ਨਾਸ਼ਕ ਸਾਬਣ ਦੀਆਂ ਟਿੱਕੀਆਂ ਰਖਵਾਈਆਂ ਗਈਆਂ ਤਾਂ ਜੋ ਕਰਫਿਊ ਵਿੱਚ ਜਦ ਵੀ ਢਿੱਲ ਮਿਲੇ ਤਾਂ ਲੋਕ ਆਪਣੇ ਹੱਥਾਂ ਨੂੰ ਸਾਫ਼ ਰੱਖਣ ਅਤੇ ਕੋਰੋਨਾ ਜੈਸੀ ਭਵਿੱਖ ਵਿੱਚ ਬਿਮਾਰੀ ਤੋਂ ਨਿਜਾਤ ਪਾ ਸਕਣ। ਪਬਲਿਕ ਸਪੋਰਟ ਨਿਊਜ਼ ਫੋਕਸ ਬਿਊਰੋ ਦੇ ਨਾਲ ਦਸੂਹਾ ਤੋਂ ਲਵਦੀਪ ਅਤੇ ਸੋਨੀਆ ਉੱਪਲ ਦੀ ਰਿਪੋਰਟ। ਇਹ ਨਗਰ ਕੌਂਸਲ ਵੱਲੋਂ ਜਿਹੜਾ ਇੱਕ ਹੋਰ ਉਪਰਾਲਾ ਕੀਤਾ ਗਿਆ, ਜਿਹੜਾ ਕੋਵਿਡ-19 ਸਾਡੇ ਚੱਲ ਰਹੀ ਮਹਾਂਮਾਰੀ ਚੱਲ ਰਹੀ ਹੈ, ਉਹਦੇ ਵਿੱਚ ਪਹਿਲਾਂ ਨਗਰ ਕੌਂਸਲ ਜਿੱਦਾਂ ਤੁਹਾਨੂੰ ਤੁਹਾਡੇ ਚੈਨਲ ਲਈ ਪਹਿਲਾਂ ਵੀ ਸਾਡੇ ਨਾਲ ਗੱਲਬਾਤ ਹੋਈ ਹੈ ਕਿ 16 ਸਪਰੇਅ ਪੰਪਾਂ ਨਾਲ ਜਿਹੜੀ ਆ ਉਹ ਹਰ ਗਲੀ ਦੇ ਵਿੱਚ ਜਿਹੜਾ ਸਪਰੇਅ ਕੀਤਾ ਜਾ ਰਿਹਾ। ਇਸ ਤੋਂ ਬਾਅਦ ਨਗਰ ਕੌਂਸਲ ਵੱਲੋਂ ਆਪਣੀਆਂ 3 ਫਾਇਰ ਟੈਂਡਰ ਮਸ਼ੀਨਾਂ ਦੇ ਨਾਲ ਗੱਡੀਆਂ ਦੇ ਨਾਲ ਸਾਰੇ ਸ਼ਹਿਰ ਨੂੰ ਧੋਤਾ ਗਿਆ, ਸੈਨੇਟਾਈਜ਼ ਕੀਤਾ ਗਿਆ। ਹੁਣ ਨਗਰ ਕੌਂਸਲ ਨੇ ਇੱਕ ਹੋਰ ਉਪਰਾਲਾ ਕੀਤਾ ਕਿ ਅਸੀਂ ਇਹ 500 ਲੀਟਰ ਦੀਆਂ 10 ਇੱਕ ਇੱਦਾਂ ਦੀਆਂ ਟੈਂਕੀਆਂ ਲੈ ਕੇ ਉਹਨਾਂ ਦੇ ਵਿੱਚ ਟੂਟੀਆਂ ਫਿੱਟ ਕਰਵਾ ਕੇ ਉਹਨਾਂ ਨੂੰ ਪੈਰ ਦੇ ਨਾਲ ਹੀ ਆਪਾਂ ਸਟੈਪ ਆਪਣੇ ਪੈਰ ਦੇ ਨਾਲ ਹੀ ਭਾਰ ਪਾ ਕੇ ਉਹ ਪਾਣੀ ਆ ਜਾਂਦਾ, ਹੱਥ ਲਾਉਣ ਦੀ ਲੋੜ ਨਹੀਂ, ਅਤੇ ਨਾਲ ਰੱਖੇ ਸਾਬਣ ਨਾਲ ਆਪਣੇ ਹੱਥ ਜਿਹੜੇ ਸੈਨੇਟਾਈਜ਼ ਕਰ ਸਕਦੇ ਹਾਂ। ਇਹ ਅਸੀਂ ਇਹ ਨਵਾਂ ਇੱਕ ਉਪਰਾਲਾ ਕੀਤਾ ਕਿ ਤਾਂ ਕਿ ਸ਼ਹਿਰ ਵਾਸੀਆਂ ਨੂੰ ਜਾਂ ਡਿਊਟੀ ਮੁਲਾਜ਼ਮਾਂ ਨੂੰ ਇਸ ਮੌਕੇ ਦੇ ਉੱਤੇ ਕਿਸੇ ਤਰ੍ਹਾਂ ਦੀ ਪ੍ਰੋਬਲਮ ਨਾ ਆਵੇ। ਜਿਹੜੀ ਪਾਣੀ ਦੀ ਪ੍ਰੋਬਲਮ ਹੈ ਉਹ ਹੱਥ ਧੋਣ ਦੀ ਪ੍ਰੋਬਲਮ ਹੈ, ਉਹ ਵਰਲਡ ਹੈਲਥ ਔਰਗੇਨਾਈਜੇਸ਼ਨ ਦੀਆਂ ਇਹ ਸਿਹਤ ਵਿਭਾਗ ਦੀਆਂ ਸਾਰੀਆਂ ਇੰਸਟਰਕਸ਼ਨਾਂ, ਇਸ ਲਈ ਸਾਰਾ ਪਹਿਲਾਂ ਕੀਤਾ ਗਿਆ। ਅਸੀਂ ਇਹ ਸ਼ਹਿਰ ਦੀਆਂ ਮੇਨ ਜਗ੍ਹਾ 'ਤੇ ਲਾ ਰਹੇ ਜਿੱਥੇ ਕਿ ਸਾਨੂੰ ਪਬਲਿਕ ਜ਼ਿਆਦਾ ਆਮਦ ਹੁੰਦੀ ਹੈ, ਕਿਉਂਕਿ ਇਹ ਫਿਊਚਰ ਨੂੰ ਧਿਆਨ 'ਚ ਵੀ ਰੱਖ ਕੇ ਕੀਤਾ ਗਿਆ। ਇਹ ਨਾ ਕਿ ਹੁਣ ਤਾਂ ਇਸ ਵੇਲੇ ਕਰਫਿਊ ਦੀ ਪੋਜੀਸ਼ਨ ਹੈ ਅਤੇ ਅਸੀਂ ਕਹਿ ਸਕਦੇ ਹਾਂ ਮੁਲਾਜ਼ਮ ਨੂੰ ਯੂਜ਼ ਕਰਨਗੇ ਜਾਂ ਡਿਊਟੀ ਵਾਲੇ ਲੋਕ ਇਹਨੂੰ ਯੂਜ਼ ਕਰਨਗੇ, ਪਰ ਇਹ ਜਿਉਂ ਹੀ ਇਹ ਕਰਫਿਊ ਜੇ ਢਿੱਲ ਦਿੱਤੀ ਜਾਏਗੀ ਜਾਂ ਕੁਛ ਇੱਦਾਂ ਦਾ ਕਾਰਵਾਈ ਸਰਕਾਰ ਵੱਲੋਂ ਕੀਤੀ ਜਾਊਗੀ, ਉਦੋਂ ਇਹ ਸਾਰੀ ਪਬਲਿਕ ਜਿਹੜੀ ਹੈ ਉਸ ਟਾਈਮ ਲਈ ਚੌਂਕਾਂ 'ਚ ਆਪਣੀਆਂ ਦੁਕਾਨਾਂ ਖੋਲਣਗੇ। ਔਰ ਇਹ ਜਿਹੜੀ ਉਸ ਵੇਲੇ ਦੀ ਪੋਜੀਸ਼ਨ ਨੂੰ ਧਿਆਨ 'ਚ ਰੱਖਦੇ ਕੀਤੀ ਗਈ, ਕਿਉਂਕਿ ਹਾਲੇ ਤੱਕ ਇਹਦਾ ਕੋਈ ਵੈਕਸੀਨ ਨਹੀਂ ਬਣਿਆ, ਕੋਈ ਮੈਡੀਸਨ ਨਹੀਂ ਬਣੀ, ਅਤੇ ਅਸੀਂ ਸਾਨੂੰ ਇਹ ਇੰਸਟਰਕਸ਼ਨਾਂ ਫਿਊਚਰ ਦੇ ਵਿੱਚ ਪਰਮਾਨੈਂਟਲੀ ਫੋਲੋ ਔਨ ਕਰਨੀਆਂ ਪੈਣੀਆਂ। ਦੇਖੋ ਜੀ, ਗੱਲ ਇਹ ਹੈ ਜੀ ਕਿ ਜਿਹੜਾ ਇਹ ਕਮੇਟੀ ਨੂੰ ਆਰਡਰ ਮਿਲੇ ਨੇ ਇਹ ਸਰਕਾਰ ਵੱਲੋਂ ਮਿਲੇ ਨੇ, ਔਰ ਵਧੀਆ ਸਟੈਪ ਹੈਗਾ ਇਹਦੇ ਵਿੱਚ ਹੱਥ ਧੋਣ ਲਈ ਪਾਣੀ ਦੇ ਸਾਧਨ ਜਿਹੜਾ ਵੀ ਬਣੇਗਾ ਉਹ ਵਧੀਆ। ਆਉਣ ਵਾਲੇ ਸਮੇਂ ਦੇ ਵਿੱਚ ਇਹਦੀ ਜ਼ਿਆਦਾ ਜ਼ਰੂਰਤ ਰਹਿਣੀ ਆ, ਕਿਉਂਕਿ ਇਹ ਕਰੋਨਾ ਵਾਇਰਸ ਜਿਹੜਾ ਫੈਲ ਗਿਆ ਸਾਰੇ ਵਰਲਡ ਦੇ ਵਿੱਚ, ਇਹ ਇੱਕ ਬਹੁਤ ਭਿਆਨਕ ਬਿਮਾਰੀ ਅਡਾਪਟ ਹੋਈ ਹੈ। ਇਹਦਾ ਅਜੇ ਤੱਕ ਸਾਡੀ ਸਰਕਾਰ ਦੇ ਕੋਲ ਜਾਂ ਕਿਸੇ ਵੀ ਸਰਕਾਰ ਕੋਲ ਇਹਦਾ ਕੋਈ ਇਲਾਜ ਨਹੀਂ ਆਇਆ। ਹੌਲੀ ਹੌਲੀ ਉਪਰਾਲਾ ਹੋ ਰਿਹਾ ਕਿ ਸਰਕਾਰ ਇਹਦੇ ਬਾਰੇ ਦੇ ਵਿੱਚ ਬਹੁਤ ਜ਼ਿਆਦਾ ਗੰਭੀਰ ਰਿਹਾ। ਹਾਂਜੀ, ਜਿੱਦਾਂ ਤੁਸੀਂ ਪਿੱਛੇ ਦੇਖ ਰਹੇ ਹੋ ਕਿ ਸਾਡੇ ਸਰਕਾਰ ਨੇ ਇਹ ਸਾਡੇ ਲਈ ਇੱਕ ਟੈਂਕੀ ਦਾ ਔਰ ਸਾਰਾ ਇੰਤਜ਼ਾਮ ਕੀਤਾ ਹੈ। ਇਹ ਬਹੁਤ ਵਧੀਆ ਉਹਨਾਂ ਲਈ ਸਟੈਪ ਇਹਨਾਂ ਨੇ ਲਿਆ ਹੈ ਤਾਂ ਕਿ ਲੋਕਾਂ ਨੂੰ ਇੱਕ ਸਫਾਈ ਰਹੇ ਅਤੇ ਦੂਸਰਾ ਉਹ ਧਿਆਨ ਰੱਖਣ ਇੱਕ ਦੂਸਰੇ ਦੇ ਸੰਪਰਕ 'ਚ, ਇੱਕ ਦੂਸਰੇ ਦੀ ਚੀਜ਼ਾਂ ਨੂੰ ਹੱਥ ਨਾ ਲੱਗੇ, ਉਹਦੇ ਲਈ ਬਹੁਤ ਵਧੀਆ ਉਹਨਾਂ ਨੇ ਇਹ ਇੰਤਜ਼ਾਮ ਕੀਤਾ ਹੈ। ਅਸੀਂ ਬੜੇ ਸ਼ੁਕਰਗੁਜ਼ਾਰ ਹਾਂ ਉਹਨਾਂ ਦੇ, ਸਰਕਾਰ ਦੇ ਵੀ ਅਤੇ ਲੋਕਲ ਆਪਣੇ ਕਮੇਟੀ ਦੇ ਵੀ ਕਿ ਉਹਨਾਂ ਨੇ ਬਹੁਤ ਵਧੀਆ ਇਹ ਸਟੈਪ ਚੱਕਿਆ ਹੈ। ਨਗਰ ਕੌਂਸਲ ਵੱਲੋਂ ਇੱਕ ਉਪਰਾਲਾ ਕੀਤਾ ਗਿਆ ਹੈ ਜੋ ਕਿ ਸਾਡੇ ਯੂ ਸਾਹਿਬ ਔਰ ਸੈਂਟਰੀ ਇੰਸਪੈਕਟਰ ਸਾਹਿਬ ਵੱਲੋਂ ਇੱਕ ਵਿਸ਼ੇਸ਼ ਤੌਰ 'ਤੇ ਆਮ ਪਬਲਿਕ ਨੂੰ ਧਿਆਨ ਵਿੱਚ ਰੱਖਦੇ ਹੋਏ ਇਹ ਸ਼ਹਿਰ ਦੇ ਵੱਖ ਵੱਖ ਥਾਵਾਂ 'ਤੇ ਪਾਣੀ ਦੀਆਂ ਟੈਂਕੀਆਂ ਲਗਾਈਆਂ ਗਈਆਂ ਹਨ ਤਾਂ ਜੋ ਆਮ ਲੋਕ ਸਾਬਣ ਨਾਲ ਸਿਰਫ ਹੱਥ ਧੋ ਸਕਣ।